ਫਾਜ਼ਿਲਕਾ ਅਬੋਹਰ ਸੜਕ ਤੇ ਹੋਏ ਸੜਕ ਹਾਦਸੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਦੇ ਪੀਏ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਟਰਾਲੀ ਅਤੇ ਕਾਰ ਦੀ ਟੱਕਰ ਦੇ ਦੌਰਾਨ ਇਹ ਹਾਦਸਾ ਵਾਪਰਿਆ, ਜਿਸ ਵਿੱਚ ਕਾਰ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਭੁਪਿੰਦਰ ਸਿੰਘ ਉਰਫ ਸਨੀ ਬਰਾੜ ਦੇ ਵਜੋਂ ਹੋਈ ਹੈ। ਫਾਜ਼ਿਲਕਾ ਦੇ DSP ਜੋਰਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਰਾਜਾ ਬੜਿੰਗ ਦਾ PA ਦੱਸਿਆ ਜਾ ਰਿਹਾ ਹੈ। ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਫਾਜ਼ਿਲਕਾ ਦੇ ਸਿਵਲ ਹਸਪੀਟਲ ਪਹੁੰਚਾ ਦਿੱਤਾ ਗਿਆ ਹੈ। ਰਾਜਾ ਬੜਿੰਗ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਮੌਤ ਤੇ ਸੋਗ ਜਤਾਇਆ ਹੈ। ਉਹਨਾਂ ਨੇ ਪੋਸਟ ਸ਼ੇਅਰ ਕਰਦੇ ਲਿਖਿਆ, ਭੁਪਿੰਦਰ ਸਿੰਘ ਬਰਾੜ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਦੀ ਖਬਰ ਸੁਣ ਕੇ ਬਹੁਤ ਗਹਿਰਾ ਸਦਮਾ ਲੱਗਾ ਹੈ। ਮੇਰਾ ਪਰਿਵਾਰ ਨਾਲ ਡੂੰਘਾ ਸੰਵੇਦਨ ਹੈ ਅਤੇ ਮੈਂ ਪਰਿਵਾਰ ਨਾਲ ਹਮੇਸ਼ਾ ਖੜਾ ਰਹਾਂਗਾ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਮੈਂ ਸੜਕ ਤੋਂ ਜਿਵੇਂ ਜਾ ਰਿਹਾ ਸੀ, ਠੀਕ ਜੀ, ਹੈ, ਮੇਨ ਹਾਈਵੇ ਵਗਦਾ ਦੁਨੀਆ ਲੰਘ ਕੇ ਤੱਕ ਜੀ, ਪਰ ਜਿਵੇਂ ਮੈਂ ਉੱਥੇ ਵੇਖਿਆ ਕਿ ਭੀੜ ਇਕੱਠੀ ਹੋਈ ਪਈ ਹੈ, ਕਾਰਨ ਕੀ ਹੈ ਵੇਖਿਆ ਕਹਾਂ ਵੀ ਐਕਸੀਡੈਂਟ ਹੋ ਜਾਂਦਾ ਪਿਆ ਜੀ, ਲੋਕ ਆਸੇ ਪਾਸੇ ਬੈਠੇ ਉਹਨਾਂ ਦੇ ਫੋਟੋਆਂ ਖਿੱਚੀ ਜਾਣ, ਫੋਟੋਆਂ ਸੈਲਫੀਆਂ ਲਈ ਜਾਣ, ਵੀਡੀਓ ਬਣਾਈ ਜਾਣ, ਜਿਹੜਾ ਵੇਖ ਕੇ ਮੈਨੂੰ ਬੜਾ ਵਿਚਲਿਤ ਹੋਇਆ। ਵੇਖਿਆ ਮੈਂ ਕਿਹਾ ਯਾਰ ਵੀ ਮਾੜੀ ਗੱਲ ਹੈ, ਤੇ ਮੈਂ ਲੋਕਾਂ ਨੂੰ ਕਿਹਾ ਵੀ ਆਪਾਂ ਇਹਦੀ ਮਦਦ ਕਰੀਏ ਜੀ, ਠੀਕ ਹੈ। ਉੱਥੇ ਹੱਥ ਜੋੜ ਜੋੜ ਕੇ ਮੈਂ ਰੋਕਿਆ ਵੀ ਵੀਰੇ ਕੋਈ ਜਣਾ ਰੁਕ ਜਾਓ, ਗੱਡੀ ਦੇ ਦਿਓ ਸਾਨੂੰ, ਰੋਕ ਕੇ ਤੇ ਆਪਾਂ ਇਹਨੂੰ ਹੋਸਪਿਟਲ ਤਾਂ ਹੀ ਲੈ ਆਈਏ ਜੀ, ਠੀਕ ਹੈ ਜੀ। ਪਰ ਲੋਕਾਂ ਲਈ ਜ਼ਮੀਰ ਜਿਵੇਂ ਆਪਾਂ ਵੇਖ ਚੁੱਕੇ ਵੀ ਮਰ ਚੁੱਕੀ ਹੈ ਬਾਈ ਜੀ, ਅਸੀਂ ਹੱਥ ਜੋੜੇ। ਇੱਥੋਂ ਤੱਕ ਕਿ ਫੌਜੀ ਵੀਰ ਦੀ ਗੱਡੀ ਸੀਗੀ, ਆਰਮੀ ਦੀ ਗੱਡੀ ਸੀ, ਮੈਂ ਉਹਨਾਂ ਨੂੰ ਹੱਥ ਮਾਰਿਆ ਵੀਰ, ਮੈਂ ਕਿਹਾ ਰੋਕ ਲਓ ਯਾਰ ਵੀ ਆਪਾਂ ਪੇਸ਼ੈਂਟ ਦੀ ਜਾਨ ਬਚਾਈ ਜਾ ਸਕਦੀ ਹੈ ਤੇ ਇਹਨਾਂ ਨੂੰ ਹਸਪਤਾਲ ਲੈ ਕੇ ਜਾਈਏ ਜੀ। ਪਰ ਲੋਕ ਇੰਨੇ ਮਾੜੇ ਹਾਲਾਤ ਹੋਏ ਪਏ ਆ ਬਾਈ, ਦੇਖੋ ਕਦੇ ਆਪਣਾ ਜਿਵੇਂ ਹੋ ਗਿਆ ਐਕਸੀਡੈਂਟ, ਰੱਬ ਨਾ ਕਰੇ, ਆਪਾਂ ਨੂੰ ਵੀ ਕੋਈ ਐਂ ਫੋਟੋਆਂ ਖਿੱਚੇ ਤੇ ਕਿਵੇਂ ਲੱਗੂ ਜੀ। ਇਹ ਕਿੱਥੇ ਐਕਸੀਡੈਂਟ ਕਿੱਥੇ ਹੋਇਆ ਹੈਗਾ ਇਹ? ਇਹ ਜੀ ਐਕਸੀਡੈਂਟ ਹੋਇਆ ਪਿੰਡ ਕਲੂਰ ਦੇ ਨੇੜੇ। ਕਿ ਇਹ ਕਿੰਦੇ ਤੇ ਕਿੰਦੇ ਚੇ ਗਏ ਸੀਗੇ ਬੱਜੀ? ਕਾਰ ਦੇ ਵਿੱਚ ਕੋਈ ਲੱਕੜਾਂ ਨਹੀਂ ਫਾਲੀ ਹੁੰਦੀ। ਅੱਛਾ, ਇਹ ਇਹ ਬੰਦਾ ਕੌਣ ਸੀਗਾ, ਕਿੱਥੋਂ ਦਾ ਰਹਿਣ ਵਾਲਾ ਸੀਗਾ ਜੀ? ਬਾਈ ਇਹ ਫੱਤਣ ਵਾਲੇ ਦਾ ਸ਼ਹਿਰ ਅਬੋਹਰ ਦੇ ਵਿੱਚ ਰਹਿੰਦੇ ਸੀਗੇ ਤੇ ਅਬੋਹਰ ਪਤਾ ਨਹੀਂ ਕਿੱਥੋਂ ਜਾ ਰਿਹਾ ਸੀ ਵੀ, ਜਿਵੇਂ ਆਪਾਂ ਨੂੰ ਵੇਖਿਆ ਵੀ ਥੱਲੇ ਪਿਆ ਡਿੱਗਿਆ, ਅਸੀਂ ਇਹਨੂੰ ਚੱਕਿਆ ਗੱਡੀ 'ਚ, ਕੋਈ ਭਾਈ ਸੱਜਣ ਨੇ ਰਾਮਪੁਰੇ ਦੇ ਸੀਗੇ, ਉਹਨਾਂ ਨੇ ਗੱਡੀ ਦਿੱਤੀ, ਮੈਂ ਉਹਨਾਂ ਦੇ ਨਾਲ ਇੱਥੇ ਹੋਸਪਿਟਲ ਲੈ ਕੇ ਆ ਗਿਆ। ਪਰ ਅਫਸੋਸ ਦੀ ਗੱਲ ਹੈ ਜੀ, ਉਹਨਾਂ ਦੇ ਹਾਲਾਤ ਮਾੜੇ ਹੈ ਇਸ ਟਾਈਮ। ਪਰ ਗੱਲ ਇਹ ਹੈ ਵੀ ਆਪਾਂ ਨੂੰ ਕਿਸੇ ਵੀ ਰਾਹ ਜਾਂਦੇ ਤਾਂ ਕਿਤੇ ਰੱਬ ਨਾ ਕਰੇ ਐਕਸੀਡੈਂਟ ਹੋ ਜਾਂਦਾ, ਉਹਨਾਂ ਦੀ ਯਾਰ ਰੋਕ ਕੇ ਆਪਾਂ ਮਦਦ ਕਰ ਸਕਦੇ ਹਾਂ। ਲੋਹਾ ਆਪਾਂ ਨੂੰ ਰੱਬ ਨੇ ਦਿੱਤਾ, ਗੱਡੀ ਸਾਧਨ ਦੇਤੀ ਹੈ, ਤੇ ਉਹਨੂੰ ਕਿਸੇ ਚੰਗੇ ਪਾਸੇ ਲਾਈਏ ਬਾਈ ਆਪਾਂ। ਕਿ ਉਸ ਦਾ ਕੀ ਹੈ ਜੇ 15 ਮਿੰਟਾਂ ਨਾਲ ਕੋਈ ਗੱਡੀ ਮੈਰੀ ਨਹੀਂ ਹੋ ਜਾਂਦੀ ਬਾਈ ਆਪਣੀ, ਕੋਈ ਜੇ 100 ਦਾ ਤੇਲ ਮੱਚ ਜੂਗਾ ਤੇ ਕਿਸੇ ਦੀ ਜਾਨ ਬਚ ਜੂ ਬਾਈ, ਆਪਾਂ ਨੂੰ ਬਚਾਉਣੀ ਚਾਹੀਦੀ। ਵੀਰ ਭਰਾਵਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਬਾਈ, ਜੇ ਕਿਸੇ ਦਾ ਐਕਸੀਡੈਂਟ ਹੋ ਜਾਏ ਜਾਂ ਕੋਈ ਮੰਦਭਾਗੀ ਦੁਰਘਟਨਾ ਵਾਪਰੇ, ਵੀਰ ਉੱਥੇ ਗੱਡੀ ਰੋਕ ਕੇ ਤੇ ਆਪ ਤੋਂ ਉਹਨਾਂ ਦੀ ਮਦਦ ਕਰਿਆ। ਤੁਸੀਂ ਜਾ ਰਹੇ ਸੀਗੇ ਜੀ ਉੱਥੋਂ ਕਿ? ਜੀ ਮੈਂ ਸਕੂਟੀ ਤੇ ਜਾ ਰਿਹਾ ਸੀਗਾ, ਆਪਣੇ ਘਰੇ ਗੁਰਦੁਆਰੇ ਗਏ, ਇਕੱਠੀ ਕਰਨ ਗਏ ਸੀ, ਜਿਵੇਂ ਦੇਖਿਆ ਜੀ ਇਹਨਾਂ ਦਾ ਐਕਸੀਡੈਂਟ ਹੋ ਗਿਆ, ਅਸੀਂ ਇਹਨਾਂ ਨੂੰ ਹੋਸਪਿਟਲ ਲੈ ਕੇ ਆਏ। ਪਤਾ ਲੱਗਿਆ ਜੀ ਕਹਿੰਦੇ ਪਿੰਡ ਅਬੋਹਰ ਰੋਡ ਤੇ ਕੱਲੂ ਦੇ ਬੱਸ ਅੱਡੇ ਦੇ ਨੇੜੇ ਉੱਥੇ ਐਕਸੀਡੈਂਟ ਹੋਇਆ, ਤੇ ਜੋ ਸਮਾਨ ਸੀ ਕੋਲੋਂ ਉੱਥੋਂ ਪਤਾ ਲੱਗਿਆ ਕਿ ਨਾਮ ਭੁਪਿੰਦਰ ਸਿੰਘ ਬਰਾੜ ਸਿੰਘ ਜੀ ਤੇ ਅਬੋਹਰ ਦੇ ਰਹਿਣ ਵਾਲੇ ਨੇ, ਇਹਨਾਂ ਦੇ ਪਰਿਵਾਰ ਦੇ ਘਰ ਦੇ ਨੇੜੇ ਐਡਮਿਸ਼ਨ ਲੱਗਤੀ ਹੈ ਤੇ ਮੈਂ ਮੌਕਾ ਤੇ ਜਾ ਕੇ ਦੇਖਦਾ ਮੌਕੇ ਦੇ ਹਾਲਾਤ ਕੀ ਨੇ ਜੀ। ਕਿਸੇ ਲੀਡਰ ਦੇ ਕਰੀਬੀ ਨੇ ਜੀ ਕੋਈ ਦੱਸਿਆ ਜਾ ਰਿਹਾ? ਜੋ ਲੈ ਕੇ ਆਏ ਸੀਗੇ ਉਹ ਦੱਸ ਰਹੇ ਸੀ ਕਿ ਇਹ ਰਾਜਾ ਬੜਿੰਗ ਦੇ PA ਨੇ ਤੇ ਬਾਕੀ ਤਾਂ ਸਾਰੀ ਜਾਣਕਾਰੀ ਪਰਿਵਾਰ ਕੋਈ ਫੈਮਿਲੀ ਮੈਂਬਰ ਆਉਣ ਤੋਂ ਬਾਅਦ ਪਤਾ ਲੱਗੂ। ਨਹੀਂ ਹੁਣ ਡੈਥ ਹੋ ਚੁੱਕੀ? ਹਾਂਜੀ ਇਹਦੀ ਡੈਥ ਹੋ ਚੁੱਕੀ, ਲੋਕਾਂ ਨੂੰ ਦੱਸਿਆ ਦਿੱਤਾ ਵੀ ਹੈ। ਹਾਦਸਾ ਕਿੱਥੇ ਵਾਪਰਿਆ ਜੀ, ਕਿਹਦੇ ਕਿਹਦੇ 'ਚ ਵਾਪਰਿਆ ਜੀ ਇਹ? ਸਾਡੇ SHO ਸਾਹਿਬ ਉੱਥੇ ਮੌਕਾ 'ਤੇ ਖੜ੍ਹੇ ਨੇ, ਉਹਨਾਂ ਨੇ ਦੱਸਿਆ ਕਿ ਵੀ ਇੱਕ ਟਰੈਕਟਰ ਟਰਾਲੀ ਦਾ ਅਤੇ ਕਾਰ ਦਾ ਐਕਸੀਡੈਂਟ ਹੋਇਆ, ਜਿਹੜੀ ਆ ਕਾਰ ਇਹਨਾਂ ਦੀ ਵੀ ਉਹਦੇ ਟਰੈਕਟਰ ਟਰਾਲੀ ਦੇ ਪਿੱਛੋਂ ਜਾ ਕੇ ਲੱਗੀ ਆ ਉਹਦੇ ਜੀ, ਤੇ ਇਹਨਾਂ ਨੂੰ ਫਿਰ ਮੌਕੇ 'ਤੇ ਕੋਈ ਚੱਕ ਕੇ ਇਹਨਾਂ ਨੂੰ ਉੱਥੇ ਲਿਆਏ ਹੋਸਪਿਟਲ ਜਿੱਥੇ ਡੈਥ ਕਲੀਅਰ ਕੀਤੀ ਇਹਨਾਂ। ਇਹ ਇੱਕੋ ਹੀ ਪਰਸਨ ਸੀਗਾ ਕਾਰ ਦੇ ਵਿੱਚ? ਇੱਕੋ ਹੀ ਸੀਗਾ ਜੀ। ਹੋਰ ਕੋਈ ਹੈ ਇਸ ਹਾਦਸੇ 'ਚ ਕੋਈ ਸ਼ਿਕਾਰ ਹੋਇਆ? ਟਰੈਕਟਰ ਵਾਲਿਆਂ ਨੇ ਦੱਸਦੇ ਜਿਹੜਾ ਮੌਕੇ 'ਤੇ ਉਹਦੇ ਵੀ ਥੋੜ੍ਹੇ ਬਹੁਤੇ ਸੱਟਾਂ ਲੱਗੀਆਂ ਨੇ, ਉਹਨੂੰ ਵੀ ਲਿਆਇਆ ਜਾ ਰਿਹਾ ਕਿ ਉੱਥੇ ਬੋਰ ਲੈ ਗਏ? ਨਹੀਂ ਉਹਦੇ ਥੋੜ੍ਹੇ ਬਹੁਤੇ ਸੱਟਾਂ ਨੇ, ਉੱਥੇ ਉਹ ਫਸਟ ਏਡ ਦੇ। ਇਹ ਜੀ ਆਪਣੇ ਕੋਲ ਇੱਕ ਐਕਸੀਡੈਂਟ ਦਾ ਕੇਸ ਹੈ, ਭੁਪਿੰਦਰ ਸਿੰਘ ਨਾਮ ਦਾ ਬੰਦਾ, ਸਾਊਥ ਐਵਨਿਊ ਬੋਰ ਦਾ ਰਹਿਣ ਵਾਲਾ ਜੀ। ਇਹਨਾਂ ਦਾ ਐਕਸੀਡੈਂਟ ਹੋਇਆ ਕੱਲੂ ਕੋਲ ਜੀ, ਜਿੱਥੇ ਤੱਕ ਹਜੇ ਉਹ ਜਿਹੜਾ ਪੇਸ਼ੈਂਟ ਨੂੰ ਲੈ ਕੇ ਆਇਆ ਸੀ ਨਾਲ, ਉਹ ਕਹਿ ਰਿਹਾ ਸੀ ਵੀ ਟਰਾਲੀ ਟਰੂਲੀ 'ਚ ਵੱਜਿਆ ਜੀ, ਅਤੇ ਵੈਸੇ ਤਾਂ ਇਹ ਪੇਸ਼ੈਂਟ ਦੀ ਮੇਰੇ ਸਾਹਮਣੇ ਜਦੋਂ ਆਪਣੇ ਹੋਸਪਿਟਲ ਆਏ ਨੇ ਤੇ ਡੈੱਡ ਸੀਗੇ, ਡਰੋਪ ਡੈੱਡ ਹੀ ਲੈ ਕੇ ਆਇਆ, ਆਪਾਂ ਐਂਟਰੀ ਡਰੋਪ ਡੈੱਡ ਦੀ ਖਾਈ, ਕੋਈ ਪਲਸ ਵਗੈਰਾ ਹੈਗੀ ਸੀ? ਪੁਲਿਸ ਬਹੁਤ ਸੀਗੀ, ਪੁਲਿਸ ਕਿਹਦੇ ਨਾਲ ਆਈ ਸੀ? ਇਹ ਪੁਲਿਸ ਜੀ ਸ਼ਾਇਦ ਕਹਿੰਦੇ ਆ ਵੀ ਆਪਣੇ ਪੁਲਿਸ ਵਾਲੇ ਆਪ ਹੀ ਲੈ ਕੇ, DSP ਸਾਹਿਬ ਸੀਗੇ ਨਾਲ, ਕੋਈ ਪੋਲੀਟੀਸ਼ੀਅਨ ਦੇ ਨਾਲ ਰਿਲੇਟਡ ਹੈਗੇ ਨੇ ਸ਼ਾਇਦ, ਤਾਂ ਹੀ ਹੋਵੇ। ਕਿਹੜੇ ਪੋਲੀਟੀਸ਼ੀਅਨ ਕੋਈ ਪਤਾ ਲੱਗਿਆ, ਕੋਈ ਦੱਸਿਆ ਗਿਆ ਜੀ? ਨਹੀਂ ਮੈਨੂੰ ਇਸ ਗੱਲ ਬਾਰੇ ਕੋਈ ਪਤਾ ਨਹੀਂ ਕਿਹੜੇ ਪੋਲੀਟੀਸ਼ੀਅਨ ਨਾਲ ਆਇਆ ਜੀ। ਠੀਕ, ਇਹ ਬਰੋਡ ਡੈਡੀ ਆਏ ਸੀਗੇ? ਇਹ ਬਰੋਡ ਠੀਕ।
ਮੋਰਚਰੀ ਵੀ ਖਾਤੀ ਹਾਂਜੀ ਬੋਡੀ ਮੋਰਚਰੀ ਸਵੇਰੇ ਪੋਸਟਮਾਰਟਮ ਹੋਊਗਾ ਫਿਰ।